ਸਭ ਤੋਂ ਪਹਿਲਾਂ ਤਾਂ ਤੁਹਾਡਾ ਇੱਥੇ ਆਸਟ੍ਰੇਲੀਆ ਆਉਣ 'ਤੇ ਮੈਲਬਰਨ 'ਤੇ ਅਸੀਂ ਸਵਾਗਤ ਕਰਦੇ ਹਾਂ ਪੂਰੇ ਪੰਜਾਬੀ ਭਾਈਚਾਰੇ ਵੱਲੋਂ। ਅਤੇ ਮੇਰਾ ਸਵਾਲ ਇਹ ਹੈ, ਤੁਸੀਂ ਐਜ ਏ ਇੱਕ ਉੱਥੇ ਦੇ ਪੋਲੀਟੀਕਲ ਲੀਡਰ ਹੋ, ਪੰਜਾਬ ਦੇ ਪਾਣੀਆਂ 'ਤੇ ਤੁਸੀਂ ਬੜਾ ਖੁੱਲ੍ਹ ਕੇ ਗੱਲਬਾਤ ਕਰਦੇ ਹੋ, ਤੁਸੀਂ ਸ਼ੰਭੂ ਬਾਰਡਰ 'ਤੇ ਵੀ ਜਦੋਂ ਪਿੱਛੇ ਜੇ ਹਰਿਆਣੇ ਵਾਲਿਆਂ ਨੇ ਕਿਹਾ ਸੀ ਅਸੀਂ ਨਹਿਰ ਪੁੱਟਣਾ, ਉਹ ਤੁਸੀਂ ਗਏ ਵੀ, ਭ੍ਰਿਸ਼ਟਾਚਾਰ ਦੇ ਉੱਤੇ ਵੀ ਤੁਹਾਡਾ ਅਸੀਂ ਅਕਸਰ ਦੇਖਦੇ ਰਹਿੰਦੇ ਹਾਂ। ਪਰ ਪੰਜਾਬ ਦੇ ਵਿੱਚ ਜਿਹੜੇ ਪਿਛਲੇ 30 ਸਾਲਾਂ ਤੋਂ ਵਧੇਰੇ ਸਮੇਂ ਤੱਕ ਜਿਹੜੇ ਮੁੰਡੇ ਉੱਥੇ ਲਾਪਤਾ ਕੀਤੇ ਜਾਂਦੇ ਆ, ਉਹ ਸਿਲਸਿਲਾ ਅੱਜ ਵੀ ਜਾਰੀ ਆ। ਅਤੇ ਜੇ ਉਹਨਾਂ ਨੂੰ ਕੈਪਚਰ ਕੀਤਾ ਜਾਂਦਾ, ਚੱਕਿਆ ਜਾਂਦਾ, ਅਤੇ ਜੋ ਕਾਨੂੰਨ ਕਹਿੰਦਾ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ, ਕੋਰਟ ਸਜ਼ਾ ਦਿੰਦੀ ਆ, ਪਰ ਪੁਲਿਸ ਵੱਲੋਂ ਜਾਂ ਉੱਥੇ ਜਿਹੜਾ ਜੁਡੀਸ਼ੀਅਲ ਸਿਸਟਮ ਆ ਉਹਦੇ ਵੱਲੋਂ ਕੋਈ ਉਹਨਾਂ ਦੀ ਸੁਰੱਖਿਆ ਨੂੰ ਕੋਈ ਕਰੜੇ ਪ੍ਰਬੰਧ ਉਹਨਾਂ ਦੇ ਨਹੀਂ ਹੈਗੇ। ਉਹਦੇ ਵਾਸਤੇ ਮੈਂ ਤਾਜ਼ਾ ਉਦਾਹਰਣ ਜਿਵੇਂ ਕਿ ਭਾਈ ਸ਼ੇਰੇ ਦੀ ਮੌਤ ਪੁਲਿਸ ਹਿਰਾਸਤ ਦੇ ਵਿੱਚ ਹੋਈ, ਅਤੇ ਤਾਜ਼ਾ ਘਟਨਾ ਹਰਮਿੰਦਰ ਸਿੰਘ ਮਿੰਟੂ ਦੀ। ਬੇਸ਼ੱਕ ਉਹ ਸਰਕਾਰ ਨੇ ਉਹਦੇ ਉੱਤੇ ਕੋਈ ਅੱਤਵਾਦੀ ਦਾ ਲੇਬਲ ਲਾਇਆ ਜਾਂ ਕੁਝ ਲੋਕ ਉਹਦੇ ਹੱਕ 'ਚ ਨੇ, ਕੁਝ ਵਿਰੋਧ 'ਚ ਨੇ, ਕੋਈ ਕਹਿੰਦੇ ਉਹ ਅੱਤਵਾਦੀ, ਕੋਈ ਕਹਿੰਦਾ ਉਹ ਪੰਜਾਬ ਦੇ ਹੱਕ 'ਚ ਭੁਗਤਦੇ, ਉਹ ਡਿਫਰੈਂਟ ਸਟੋਰੀ ਆ। ਪਰ ਉੱਥੇ ਦੀ ਪੁਲਿਸ ਮਸ਼ੀਨਰੀ ਨੂੰ ਲੈ ਕੇ ਜਿਹੜਾ ਜੁਡੀਸ਼ੀਅਲ ਸਿਸਟਮ, ਉਹ ਉਹਦੇ ਉੱਤੇ ਤੁਹਾਡਾ ਕੀ ਪ੍ਰਤੀਕਰਮ ਹੈ? ਜੁਡੀਸ਼ਰੀ ਨੂੰ ਇਹ ਨਹੀਂ ਕਹਾਂਗੇ ਵੀ ਉਹ ਠੀਕ ਨਹੀਂ, ਮੈਂ ਇੱਕ ਛੋਟੀ ਜਿਹੀ ਐਗਜ਼ਾਮਪਲ ਦਿੰਦਾ। ਇੱਕ ਐਨ ਆਰ ਆਈ ਮੋਗੇ ਤੋਂ, ਹਾਂਜੀ, ਆਪਣੇ ਸ਼ਾਇਦ ਦਾਦਾ ਜੀ ਦੇ ਡੈਥ ਹੋਈ ਅਤੇ ਉਹ ਡੈਥ ਵਾਸਤੇ ਗਿਆ ਸੀ, ਅਤੇ ਉਹ ਬਾਜ਼ਾਰ ਦੇ ਵਿੱਚ ਜਾ ਰਿਹਾ, ਪਿੱਛੇ ਇੱਕ ਜੱਜ ਦੀ ਕਾਰ ਜਾ ਰਹੀ ਹੈ, ਸਰਕਾਰੀ ਗੱਡੀ ਦੇ ਵਿੱਚ ਜੱਜ ਸਾਹਿਬ ਬੈਠੇ ਆ, ਅਤੇ ਉਹ ਹੂਟਰ ਮਾਰ ਰਿਹਾ ਡਰਾਈਵਰ, ਵਾਰ ਵਾਰ ਹੂਟਰ ਵਜਾ ਰਿਹਾ। ਹਾਂਜੀ, ਅਤੇ ਬੰਦਾ ਨੈਚੁਰਲੀ ਆ ਵੀ ਉਹ ਭੀੜਾ ਬਾਜ਼ਾਰ ਆ, ਅਤੇ ਉਹਨੇ ਉਹਨੂੰ ਕਿਹਾ ਵੀ ਯਾਰ ਕੀ ਨੌਨਸੈਂਸ ਤੂੰ ਇੰਨਾ ਹੂਟਰ ਵਜਾਈ ਜਾਂਦਾ, ਅਤੇ ਉੱਥੇ ਉਹਦੀ ਵੈਸਾ ਵੈਸੀ ਹੋ ਗਈ। ਜੱਜ ਵੀ ਵਿੱਚ, ਅਤੇ ਜੱਜ ਸਾਹਿਬ ਨੇ ਪੁਲਿਸ ਨੂੰ ਸਟੇਟਮੈਂਟ ਦਿੱਤਾ ਵੀ ਇਹ ਮੁੰਡੇ ਨੇ ਮੇਰਾ ਕੜਾ ਲਾ ਲਿਆ। ਅੱਛਾ ਜੀ, ਉਹ ਤਾਂ ਝੂਠਾ ਐਫ ਆਈ ਆਰ ਇੱਕ ਜੱਜ ਦੇ ਬਿਆਨਾਂ 'ਤੇ ਹੋਇਆ, ਝੂਠੇ ਬਿਆਨਾਂ 'ਤੇ। ਪਿੰਡ ਦੇ ਮੋਹਤਵਾਰ, ਇਲਾਕੇ ਦੇ ਮੋਹਤਵਾਰ ਗਏ ਵੀ ਯਾਰ ਦਾਦਾ ਜੀ ਦਾ ਭੋਗ ਆ, ਵੀ ਤੁਸੀਂ ਇਹ ਨਾ ਕਰੋ, ਭੋਗ ਅਟੈਂਡ ਕਰਨ ਦਿਓ। ਜੇਲ੍ਹ ਗਿਆ ਉਹ ਬੰਦਾ, ਹਾਂਜੀ, ਜੇਲ੍ਹ ਜਾਣ ਤੋਂ ਬਾਅਦ ਉਹਨੂੰ ਬੇਲ ਕੰਡੀਸ਼ਨਲ ਦਿੱਤੀ ਗਈ। ਮੈਂ ਯਾਰ ਖਹਿਰਾ ਸਾਹਿਬ ਨੇ ਅਸੀਂ ਬੜੇ ਯਤਨ ਕੀਤੇ ਵੀ ਉਹ ਪਰਿਵਾਰ ਨੂੰ ਬੁਲਾਇਆ ਅਸੀਂ ਵੀ, ਆਓ ਯਾਰ ਅਸੀਂ ਹਾਈਕੋਰਟ ਚੀਫ ਜਸਟਿਸ ਕੋਲੇ ਚੱਲਦੇ ਹਾਂ, ਕੰਡੀਸ਼ਨਲ ਬੇਲ ਦਿੱਤੀ ਵੀ ਤੂੰ ਵੀਡੀਓ 'ਚ ਨਹੀਂ ਜਾਏਗਾ, ਤੂੰ ਕੰਪਲੇਂਟ ਨਹੀਂ ਕਰੇਗਾ। ਪੁਲਿਸ, ਜੁਡੀਸ਼ਰੀ ਅਤੇ ਸਰਕਾਰ, ਅਸਲ ਦੇ ਵਿੱਚ ਜੇ ਸਰਕਾਰ ਟਰਾਂਸਪੇਰੈਂਟ ਹੋ ਜਾਵੇ, ਸਰਕਾਰ ਚਾਹੇ ਤਾਂ ਪੁਲਿਸ ਦੀ ਜ਼ਰੂਰਤ ਨਹੀਂ, ਅਤੇ ਜੇ ਪੁਲਿਸ ਪੁੱਠਾ ਕੰਮ ਨਾ ਕਰੇ, ਪੁਲਿਸ ਦਾ ਪੁੱਠਾ ਕੰਮ ਜੁਡੀਸ਼ਰੀ ਕੋਲੇ ਜਾਣਾ ਨਾ ਫਾਈਲ ਬਣ ਕੇ, ਉਹ ਝੂਠੀ ਆ ਉਹ ਸੱਚੀ ਆ, ਅਤੇ ਜੁਡੀਸ਼ਰੀ ਨੇ ਆਪਣਾ ਜਿਹੜਾ ਸਾਰਾ ਉਹਨੂੰ ਗਵਾਹਾਂ ਦੇ ਆਧਾਰ 'ਤੇ ਤੁਰ ਪੈਣਾ ਵੀ ਗਵਾਹ ਕਿੰਨੇ ਹੈਗੇ ਆ ਇਹਦੇ 'ਚ। ਮਿੰਟੂ ਦੀ ਤੁਸੀਂ ਗੱਲ ਕੀਤੀ, ਅਸੀਂ ਬੜਾ ਯਤਨ ਆਪਣੇ ਵੱਲੋਂ ਜਿੰਨੇ ਅਪੋਜੀਸ਼ਨ ਕਰ ਸਕਦੀ ਸੀ ਅਸੀਂ ਉਹਦੇ ਵਾਸਤੇ ਯਤਨ ਕੀਤੇ। ਵਿਧਾਨ ਸਭਾ ਦੇ ਵਿੱਚ ਵੀ ਇੱਕ ਐਨ ਆਰ ਆਈ ਪੀੜਤ ਨਾਲ, ਜਦੋਂ ਐਤਕੀ ਬਜਟ ਸੈਸ਼ਨ ਸਟਾਰਟ ਹੋਇਆ, ਇੱਕ ਐਨ ਆਰ ਆਈ ਫੈਮਿਲੀ ਨਾਲ ਧੱਕਾ ਹੋਇਆ, ਅਤੇ ਅਸੀਂ ਉਹਦਾ ਚੰਗਾ ਵਿਧਾਨ ਸਭਾ ਦੇ ਅੰਦਰ ਵੀ ਅਪੋਜੀਸ਼ਨ ਨੇ ਜਲੂਸ ਕੱਢਿਆ ਵੀ ਆਹ ਕੁਛ ਕਰਦੇ ਹੋ ਤੁਸੀਂ, ਕੀ ਗੁਨਾਹ ਕਰ ਲਿਆ ਐਨ ਆਰ ਆਈ ਨੇ, ਇਹ ਵੀ ਤੁਹਾਨੂੰ ਵੋਟ ਨਹੀਂ ਦਿੱਤੇ, ਇਹ ਵੀ ਉਹਨਾਂ ਨੇ ਲੋਕਾਂ ਨੂੰ ਜਾਗਰੂਕ ਕਰਨ ਦੇ ਵਿੱਚ ਵੱਡੀ ਭੂਮਿਕਾ ਨਿਭਾਈ, ਪੰਜਾਬੀਆਂ ਨੂੰ ਅਵੇਅਰ ਕਰਨ ਦੇ ਵਿੱਚ ਆਪਣਾ ਯੋਗਦਾਨ ਪਾਇਆ, ਅਤੇ ਤੁਸੀਂ ਉਹਨਾਂ ਨੂੰ ਆਹ ਕੁਛ ਕਰ ਰਹੇ ਹੋ, ਝੂਠੇ ਮੁਕੱਦਮੇ ਜਿਹੜਾ ਕੋਈ ਐਨ ਆਰ ਆਈ ਬੋਲੇ ਦਿਓ ਅਤੇ ਝੂਠਾ ਐਫ ਆਈ ਆਰ ਦੇ ਦਿਓ। ਸੋ ਅਸੀਂ ਐਜ਼ ਅਪੋਜੀਸ਼ਨ ਬੈਂਚਸ ਦੇ ਉੱਤੇ ਅਸੀਂ ਹੈਗੇ ਹਾਂ, ਅਸੀਂ ਜਿੰਨੀ ਆਪਣੇ ਵੱਲੋਂ ਬਣਦੀ ਡਿਊਟੀ ਆ ਉਹ ਅਸੀਂ ਯਤਨ ਕਰਦੇ ਹਾਂ ਵੀ ਉਹਨੂੰ ਇਮਾਨਦਾਰੀ ਨਾਲ ਨਿਭਾਈਏ, ਕਿਉਂਕਿ ਇੱਕ ਤਾਜ਼ਾ ਮਾਮਲਾ ਜਿਵੇਂ ਇੰਡੀਆ ਦੇ ਵਿੱਚ ਡੈਮੋਕ੍ਰੇਸੀ ਬੜੀ ਵੱਡੇ ਪੱਧਰ 'ਤੇ, ਵਰਲਡ ਦੇ ਵਿੱਚ ਇੱਥੇ ਦੇ ਪੋਲੀਟੀਕਲ ਵੀ ਲੀਡਰ ਜਿਹੜੇ ਉਹਨਾਂ ਦਾ ਕਹਿਣਾ ਵੀ ਇੰਡੀਆ ਇਜ਼ ਦਾ ਲਾਰਜੈਸਟ ਡੈਮੋਕ੍ਰੇਸੀ ਕੰਟਰੀ, ਅਤੇ ਉਹ ਇੱਕ ਸਿਰਫ ਜਿੱਦਾਂ ਜੱਗੀ ਜੋਲ ਦਾ ਮਾਮਲਾ ਪਿਛਲੇ ਦਿਨੀ ਅਖਬਾਰਾਂ 'ਚ ਵੀ ਕਾਫੀ ਚਰਚਾ 'ਚ ਰਿਹਾ ਵੀ ਉਹ ਮੁੰਡਾ ਸਿਰਫ ਇੱਕ ਔਨਲਾਈਨ ਆਪਣਾ ਇੱਕ ਲਿਖਦਾ ਸੀ ਉਹ ਕਿਸੇ ਖਾਸ ਜਥੇਬੰਦੀ ਨੂੰ, ਉਹਨੂੰ ਫੜ ਕੇ ਇੱਕ ਨਜਾਇਜ਼ ਤਰੀਕੇ ਨਾਲ ਅਜੇ ਤੱਕ ਉਹ ਜੇਲ੍ਹ 'ਚ ਆ। ਜਿਹੜੀ ਮੈਂ ਤੁਹਾਨੂੰ ਗੱਲ ਦੱਸੀ ਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਰਾਜਨਾਥ ਨੂੰ ਮਿਲ ਕੇ ਆਏ ਦੇਸ਼ ਦੇ ਗ੍ਰਹਿ ਮੰਤਰੀ ਹੋਮ ਮਿਨਿਸਟਰ ਨੂੰ, ਹਾਂਜੀ, ਅਤੇ ਉਹਨਾਂ ਦੀ ਉਹ ਸਟੇਟਮੈਂਟ ਦੇ ਵਿੱਚੋਂ ਸਾਫ਼ ਤੌਰ 'ਤੇ ਸਾਰੀ ਝਲਕ ਪੈ ਰਹੀ ਹੈ। ਤੁਸੀਂ ਸਟੇਟਮੈਂਟ ਨਹੀਂ? ਹਾਂਜੀ ਪੜ੍ਹੀ ਹੈ ਉਹ ਸਟੇਟਮੈਂਟ। ਹਾਂਜੀ, ਉਹਦੇ 'ਚੋਂ ਸਾਫ਼ ਤੌਰ 'ਤੇ ਝਲਕ ਪੈ ਰਹੀ ਹੈ ਵੀ ਮੈਂ ਐਨ ਆਰ ਆਈ ਦੇ ਖਿਲਾਫ਼। ਤੁਸੀਂ ਇਹਦੇ ਦੂਜਾ ਪੱਖ ਦੇਖ ਕੇ ਦੇਖੋ, ਪੰਜਾਬ ਦੇ ਅੰਦਰ ਕਿਹੜਾ ਇਨਵੈਸਟਰ ਜਾਏਗਾ ਜਿੱਥੇ ਦਾ ਮੁੱਖ ਮੰਤਰੀ ਕਹਿੰਦਾ ਹੋਵੇ ਮੇਰੀ ਸਟੇਟ ਬੜੀ ਖਤਰੇ ਦੇ ਵਿੱਚ ਹੈ? ਕੋਈ ਵਪਾਰੀ ਉੱਥੇ ਪੈਸਾ ਲਾਏਗਾ? ਕੋਈ ਬਿਜ਼ਨਸਮੈਨ ਉੱਥੇ ਇਨਵੈਸਟ ਕਰੇਗਾ? ਉਹਦਾ ਮਨਸ਼ਾ ਸਿਰਫ ਅਤੇ ਸਿਰਫ ਜਿਹੜਾ ਤੁਸੀਂ ਹੁਣ ਗੱਲ ਕੀਤੀ, ਉਹਦਾ ਮਨਸ਼ਾ ਪੁਲਿਸ ਨੂੰ ਸਾਫ਼ ਸਪਸ਼ਟ ਹਦਾਇਤ ਕਿ ਤੁਹਾਨੂੰ ਕੋਈ ਔਨਲਾਈਨ ਕੋਈ ਸੋਸ਼ਲ ਮੀਡੀਆ ਦੇ ਉੱਤੇ ਕੋਈ ਇੱਦਾਂ ਦਾ ਲੱਗਦਾ ਵੀ ਜਿਹੜਾ ਪੰਜਾਬ ਦੇ ਲੋਕਾਂ ਨੂੰ ਸਾਡੇ ਵਰਖਿਲਾਫ਼ ਕਰ ਰਿਹਾ, ਸੱਚੀ ਗੱਲ ਦੱਸਣ ਦਾ ਯਤਨ ਕਰ ਰਿਹਾ, ਅਤੇ ਉਹਨੂੰ ਝੂਠੇ ਮੁਕੱਦਮੇ ਦੇ ਵਿੱਚ ਤੋਰ ਦਿਓ ਅੰਦਰ। 100 ਦਿਨ ਚੋਰ ਦਾ ਇੱਕ ਦਿਨ ਸਾਧ ਦਾ ਕੋਈ ਨਹੀਂ, ਹਿਸਾਬ ਦਾ ਕੁਦਰਤ ਬੜੀ ਬਿਆਨਤ ਹੈ।